ਅਸਲਾਮ ਅਲੈਕਮ ਗਾਈਜ਼, ਮੈਂ ਹਾਂ ਤੁਹਾਡਾ ਆਪਣਾ ਦੇਸੀ ਅਤੇ ਛੋਟੀ ਜੀ ਸ਼ੋਰਟ ਜੀ ਕੀ ਵੀਡੀਓ ਹੈ ਅਤੇ ਮੈਸੇਜ ਆ ਉਹਨਾਂ ਵਾਸਤੇ ਬਈ ਅੱਜ ਮੈਂ ਇੱਕ ਪੋਸਟ ਲਾਈ ਹੈ ਉਸ ਦੇ ਥੱਲੇ ਕੋਮੈਂਟਸ ਆਏ ਨੇ ਬਈ ਸਾਨੂੰ ਜਨਾਬ 8 ਘੰਟੇ ਦਾ ਕੰਮ ਲੱਭਦਾ ਅਤੇ 1400 ਯੂਰੋ ਤਨਖਾਹ ਹੈ ਅਤੇ ਸੰਡੇ ਨੂੰ ਛੁੱਟੀ ਵੀ ਹੈ। ਉਹ ਯਾਰ ਤੁਸੀਂ ਭਰਾਓ ਮੇਰੇ, ਮੈਂ ਕੋਈ ਐਸੀ ਵੈਸੀ ਗਲਤ ਗੱਲ ਕਰਨਾ ਜਾ ਰਿਹਾ, ਇੱਕ ਰਿਕੁਐਸਟ ਕਰਨ ਜਾ ਰਿਹਾ, ਅਗਰ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈ, ਮਿਸਾਲ ਤੌਰ 'ਤੇ ਅਗਰ ਮੈਂ ਇੱਕ ਪੋਸਟ ਲਾਈ ਹੈ, ਅਗਰ ਤੁਹਾਡਾ ਉਸ ਨਾਲ ਕੋਈ ਤਲਕ ਨਹੀਂ ਹੈ, ਤੁਹਾਡਾ ਮਕਸਦ ਨਹੀਂ ਹੈ ਉਸ ਨਾਲ ਕੋਈ ਵੀ, ਤੁਹਾਨੂੰ ਉਹ ਕੰਮ ਨਹੀਂ ਚਾਹੀਦਾ, ਤੁਸੀਂ ਕੰਮ ਲੱਗੇ ਹੋ, ਤਾਂ ਬਰਾਏ ਮਿਹਰਬਾਨੀ ਉਸ ਥੱਲੇ ਗਲਤ ਕਮੈਂਟਸ ਵੀ ਨਾ ਕਰੋ, ਠੀਕ ਹੈ। ਮੇਰਾ ਭਰਾ ਬਹੁਤ ਸਾਰੇ ਜਿਹੜੇ ਨਾ ਬਹੁਤ ਸਾਰੇ ਬੰਦੇ ਹਨ, ਬਹੁਤ ਸਾਰੇ ਬੰਦੇ ਹਨ ਜਿਹੜੇ ਕਿ ਨਾ ਬਗੈਰ ਕੰਮ ਤੋਂ ਹਨ, ਠੀਕ ਹੈ ਨਾ, ਅਤੇ ਉਹਨਾਂ ਨੂੰ ਕੰਮਾਂ ਦੀਆਂ ਜ਼ਰੂਰਤਾਂ ਹਨ। ਮੈਂ ਐਸੇ ਐਸੇ ਬੰਦੇ ਵੀ ਤੱਕੇ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਇਤਨਾ ਆਖਿਆ ਵੀ ਸਾਨੂੰ ਸਿਰਫ ਕੁੰਦਰਾ ਤੋਂ ਲੱਭ ਜਾ ਅਤੇ ਅਸੀਂ ਕੰਮ ਕਰਨ ਦਾ ਤਿਆਰ ਹਾਂ, ਥੋੜ੍ਹਾ ਬਹੁਤਾ ਖਰਚਾ ਲੱਭ ਜਾ, ਕੁੰਦਰਾ ਤੋਂ ਲੱਭ ਜਾ ਬਸ ਵੈਸੇ। ਤਾਂ ਮੈਂ ਕੁਛ ਖੁਦਾ ਮਾਫ਼ ਕਰਿਆ ਮੈਨੂੰ, ਉਹ ਵੇਖ ਰਹੇ ਹੋ, ਮੈਂ ਆਪਣੇ ਕਈ ਪਾਕਿਸਤਾਨੀ ਭਰਾ ਇਸ ਤਰ੍ਹਾਂ ਬਾਹਰ ਸੋਨੇ ਤੱਕੇ, ਕਈ ਆਪਣੇ ਪਾਕਿਸਤਾਨੀ ਭਰਾ ATM ਵਾਲੇ ਜਿਹੜੇ ਛੋਟੇ ਕਮਰੇ ਹੋਣੇ ਨਾ ਉਹਨਾਂ ਵਿੱਚ ਇੱਥੇ ਸਪੇਨ ਵਿੱਚ ਮੈਂ ਸੋਨੇ ਤੱਕੇ ਨੇ। ਅਤੇ ਇਸ ਵਜ੍ਹਾ ਤੋਂ ਮੈਂ ਇਹ ਪੇਜ ਸ਼ੁਰੂ ਕੀਤਾ ਵੀ ਇੱਕ ਦਿਨ ਆਏਗਾ ਵੀ ਇਨਸ਼ਾਅੱਲਾ ਹਰ ਕਿਸੇ ਨੂੰ ਰੋਜ਼ੀ ਦੇਣ ਵਾਲੀ ਜ਼ਾਤ ਰੱਬ ਦੀ ਹੈ, ਲੇਕਿਨ ਖੁਦਾ ਨੇ ਵੀ ਆਖਿਆ ਨਾ ਮੇਰੇ ਕੋਲੋਂ ਮੰਗੋ ਤਾਂ ਕਿਸੇ ਨੂੰ ਜ਼ਰੀਆ ਬਣਾ ਕੇ ਮੰਗੋ, ਠੀਕ ਹੈ। ਮੈਂ ਇਤਨਾ ਨੇਕ ਬੰਦਾ ਨਹੀਂ ਹਾਂ, ਲੇਕਿਨ ਖੁਦਾ ਨੇ ਮੈਨੂੰ ਇਤਨੀ ਹਿੰਮਤ ਦਿੱਤੀ ਹੈ ਮੈਂ ਦੂਸਰਿਆਂ ਦੀ ਹੈਲਪ ਕਰ ਸਕਾਂ। ਮੈਂ ਮੰਨਦਾ ਮੈਂ ਪੈਸਿਆਂ ਨਾਲ ਹੈਲਪ ਨਾ ਕਰ ਸਕਦਾ ਕਿਉਂਕਿ ਮੇਰੇ ਇਤਨੇ ਸੋਰਸਿਸ ਨਹੀਂ ਹੈ, ਮੈਂ ਆਪਣੀ ਫੈਮਿਲੀ ਹੈ, ਮੈਂ ਆਪਣਾ ਖਰਚਾ ਮਰਚਾ ਜਿਸ ਤਰ੍ਹਾਂ ਟੁਰ ਮੁੜ ਲੱਗਿਆ ਚਲਾਉਣ ਲੱਗਿਆ ਉਹ ਮੇਰੀ ਹਿੰਮਤ ਹੈ, ਮੈਂ ਕਰਨ ਲੱਗਿਆ, ਲੇਕਿਨ ਇਹ ਜਿਹੜਾ ਮੈਂ ਕੰਮ ਕਰ ਰਿਹਾ ਨਾ ਖੁਦਾ ਦੀ ਜ਼ਾਤ ਦੇਖ ਰਹੀ ਹੈ। ਮੈਂ ਆਪਣੇ ਦਿਲ ਨਾਲ ਅਤੇ ਆਪਣੇ ਸਾਰਿਆਂ ਭਰਾਵਾਂ ਵਾਸਤੇ ਜਿੰਨੇ ਵੀ ਹੈ ਮੇਰੇ ਭਰਾ ਭੈਣਾਂ ਭਰਾ ਜਿੰਨੇ ਵੀ ਮੈਨੂੰ ਤੱਕਣ ਵਾਲੇ ਨੇ ਪਸੰਦ ਕਰਨ ਵਾਲੇ ਨੇ, ਇਹ ਮੈਂ ਦਿਲ ਨਾਲ ਉਹਨਾਂ ਵਾਸਤੇ ਕੰਮ ਕਰ ਰਿਹਾ। ਅਤੇ ਬਰਾਏ ਮਿਹਰਬਾਨੀ ਅਗਰ ਮੈਂ ਕੋਈ ਪੋਸਟ ਲਾਵਾਂ ਉਸ ਥੱਲੇ ਗਲਤ ਕਮੈਂਟਸ ਨਾ ਕਰਿਆ ਕਰੋ, ਅਗਰ ਤੁਹਾਡਾ ਉਸ ਚੀਜ਼ ਨਾਲ ਤਲਕ ਨਹੀਂ ਹੈ ਤਾਂ ਤੁਸੀਂ ਗਲਤ ਕਮੈਂਟਸ ਕਰਕੇ ਦੂਸਰੇ ਬੰਦੇ ਨੂੰ ਬਾਜ਼ਾਰ ਨਾ ਕਰੋ, ਠੀਕ ਹੈ ਸਰ। ਅਸਲਾਮ ਅਲੈਕੁਮ, ਪਾਕਿਸਤਾਨ ਜ਼ਿੰਦਾਬਾਦ, ਅਤੇ ਮੈਨੂੰ ਤੱਕਣ ਵਾਲੇ ਜਿੰਨੇ ਵੀ ਮੇਰੀ ਫੌਜ ਹੈ ਸਭ ਨੂੰ ਸਲੂਟ ਹੈ, ਅਤੇ ਸਭ ਨੂੰ ਮੇਰੀ ਤਰਫੋਂ ਦਿਲ ਨਾਲ ਸਲਾਮ ਅਤੇ ਪਿਆਰ। ਅਸਲਾਮ ਅਲੈਕੁਮ, ਪਾਕਿਸਤਾਨ ਜ਼ਿੰਦਾਬਾਦ।